स्वागत है किसान वीरो सिदक डेयरी फार्मिंग दे विच। किसान वीरो अज जिहड़ी वीडियो बना रहे हैं पिंड पिपली, ये फरीदकोट जिले का पिंड ते फरीदकोट तो फिरोजपुर रोड के उत्ते आउंदा। जिहड़े घर चो वीडियो बना रहे हैं ये पिपली तो हरदयाले आने वाला जिहड़ी सड़क है दोस्तों उहदे उत्ते बाई जी होरां दा घर है। एक गां विकाऊ कीती है जिहड़ी सूई सवाई गां चंगे दुध ते चलदी है। इधर इहदा बच्चा खड़ा 10:34 ते मैं वीडियो बना रहा, सुबह इहदी मिल्किंग होई भी है। सो आओ इहदे बारे जानकारी लैंदे हां। जिहनूं इह गां पसंद आ जू दो टाइम बेशक दुध चोलियो, जे जिन्ना बाई दसूगा उन्ना तुसीं इत्थों तसल्ली करके खरीद सकदे हो। बेनती दुबारा इह गल दी करूंगा वी जिहड़ा वीर वीडियो देखदा ऑनलाइन तुसीं पशु खरीददे आ तां जरूरी हुंदा वी आप आके सामने देख के आपदी तसल्ली ना खरीद लिया करो। आओ बाई तों जानकारी लैंदे हां ते फिर इह तुहानूं गां तोर के दिखावांगे। ਬਾਈ ਸਤਿ ਸ੍ਰੀ ਅਕਾਲ। ਨਾਮ ਦੱਸੀ ਨਾਮ ਗੁਰਵਿੰਦਰ ਸਿੰਘ। ਠੀਕ ਹੈ ਗੁਰਵਿੰਦਰ ਬਾਈ, ਅੱਜ ਜਿਹੜੀ ਗਾਂ ਵਕਾਊ ਕੀਤੀ ਕਿੰਨਵਾਂ ਸੂਆ ਸੂਈ? ਇਹ ਦੂਜੇ ਸੂਏ। ਕਿੰਨਾ ਚਿਰ ਹੋ ਗਿਆ ਇਹਨੂੰ ਅੱਜ ਸੂਈ? ਇਹਨੂੰ ਹੋ ਗਏ 20 ਦਿਨ। 20 ਦਿਨਾਂ ਦੀ ਸੂਈ ਥੱਲੇ ਕੰਡੇ ਤੋਲ ਵਾਲਾ ਦੁੱਧ ਬਾਈ 25 ਲੀਟਰ ਹੈ। 25 ਲੀਟਰ ਮਿਹਨਤੀ ਵਾਲਾ ਹੋਊਗਾ? ਹਾਂਜੀ ਹਾਂਜੀ, 5-4 ਡੰਗ ਚੋਲਣੇ। ਠੀਕ ਹੈ। ਅੱਛਾ ਬੱਚਾ ਇਹਦੇ ਨਾਲ ਕੀ ਹੈ ਬਾਈ? ਬੱਚਾ ਹੈ। ਬੱਚਾ ਤੇ ਇਹਦਾ ਰੇਟ ਕੀ ਰੱਖਿਆ ਵੀਰੇ? 60,000। 60,000 ਦੱਸੋ, 25 ਲੀਟਰ ਮਿਹਨਤੀ ਵਾਲਾ ਦੁੱਧ ਇਸ ਟਾਈਮ ਹਾਜ਼ਰ ਆ। 20 ਦਿਨਾਂ ਦੀ ਸੂਈ ਹੈ, ਬੱਚਾ ਵੱਛਾ ਹੈ, ਦੂਜਾ ਸੂਆ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ। 60,000 ਰੇਟ ਆ। ਬਰੀਡ ਥੋੜ੍ਹੀ ਕਰੋਸ ਆ, ਹਵਾਨਾ ਚੰਗਾ ਦਿਖਾਉਂਦੀ ਹੈ। ਸੁਬਹਾ ਦੇ ਟਾਈਮ ਹੀ ਵੀਡੀਓ ਬਣਾ ਰਿਹਾ, ਟਾਈਮ ਤੁਹਾਨੂੰ ਮੈਂ ਦੱਸ ਹੀ ਦਿੱਤਾ 10:35 ਹੈ। ਹਵਾਨਾ ਚੰਗਾ ਸੋਹਣਾ ਇਸ ਟਾਈਮ ਵੀ ਦਿਖਾ ਰਹੀ, ਹਾਲਾਂਕਿ ਸ਼ਾਮ ਨੂੰ ਪੂਰਾ ਭਰਨਾ ਦੁੱਧ, ਕਿਉਂਕਿ ਸੂਈ ਸਵਾਈ ਗਾਂ ਜਿੰਨਾ ਦੱਸਿਆ ਉਨਾ ਤੁਸੀਂ 2-3 ਟਾਈਮ, ਵੀਰ ਕਹਿੰਦਾ ਭਾਵੇਂ 4 ਟਾਈਮ ਚੋਲੋ ਉਨਾ ਤੁਹਾਨੂੰ ਮਿਲ ਜੂਗਾ। ਸੋ ਤਸੱਲੀ ਇੱਥੇ ਹੀ ਕਰ ਲਿਓ, ਕਿਉਂਕਿ ਉੱਪਰੇ ਥਾਂ 'ਤੇ ਕਈ ਵਾਰ ਪਸ਼ੂ 1-2 ਦਿਨ ਜੀ ਨਹੀਂ ਲਾਉਂਦਾ, ਫਿਰ ਸਾਨੂੰ ਦਿੱਕਤ ਆਉਂਦੀ ਹੈ। ਮਿਲਕ ਵੇਨ ਇਹਦੇ ਬਹੁਤ ਸੋਹਣੀ ਆ ਰਹੀ ਹੈ, ਥਣ ਦਾ ਸਾਈਜ਼ ਵੀ ਚੰਗਾ ਅਤੇ ਦੋਨੇ ਪਾਸੇ ਬੈਠ ਕੇ ਬਾਈ ਕਹਿੰਦਾ ਭਾਵੇਂ ਦੁੱਧ ਇਹਦਾ ਚੋਲੋ, ਉਹ ਕੋਈ ਦਿੱਕਤ ਨਹੀਂ ਇਹਨੂੰ ਦੁੱਧ ਚਵਾਈ ਦੇ ਵਿੱਚ। ਥਣ ਦਾ ਸਾਈਜ਼ ਇੱਥੋਂ ਤੁਸੀਂ ਦੇਖ ਸਕਦੇ ਹੋ, ਹੱਥੀ ਚਵਾਈ ਵਾਲਾ ਸੋਹਣਾ। ਮਿਲਕ ਵੇਨ ਇਸ ਸਾਈਡ ਤੋਂ ਵੀ ਚੰਗੀ ਆਉਂਦੀ ਹੈ, ਰੰਗ ਰੂਪ ਵੀ ਇਹਦਾ ਸੋਹਣਾ, ਵੱਡੇ ਢਾਂਚੇ ਦੀ ਗਾਂ। ਦੱਸੋ 60,000 ਰੇਟ, ਚੰਗਾ ਦੁੱਧ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ, ਤੁਸੀਂ ਚੋ ਕੇ ਲੈ ਸਕਦੇ ਹੋ। ਮੇਲ ਕਾਫ ਨੂੰ ਇਹਨੇ ਜਨਮ ਦਿੱਤਾ। ਸੋ ਅੱਜ ਦੀ ਇਸ ਵੀਡੀਓ 'ਚ ਇੱਕ ਹੀ ਨਾਗ ਸੀਗਾ ਵਿਕਰੀ ਵਾਲਾ, ਜਿਹਨੂੰ ਇਹ ਗਾਂ ਪਸੰਦ ਆਉਂਦੀ ਉਹ ਖਰੀਦ ਸਕਦਾ। ਵੈਸੇ ਵੀਰ ਕੋਲ ਪਸ਼ੂ ਜਿਹੜੇ ਵਿਕਰੀ ਵਾਲੇ ਆ ਵੀ ਜਾਂਦੇ ਆ, ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ। ਗਾਵਾਂ ਹੀ ਜ਼ਿਆਦਾਤਰ ਆਉਂਦੀਆਂ, ਉਹਨਾਂ 'ਚੋਂ ਵੀ ਕਈ ਵਾਰ ਕੋਈ ਹੋਰ ਪਸ਼ੂ ਤੁਸੀਂ ਖਰੀਦਣਾ ਹੁੰਦਾ ਤਾਂ ਵੀ ਕੰਟੈਕਟ ਵੀਰ ਨਾਲ ਬਣਾ ਕੇ ਰੱਖ ਸਕਦੇ ਹੋ। ਧੰਨਵਾਦ। ਦੱਸੋ ਵੀਡੀਓ ਦੇਖਣ ਲਈ।